ਸਾਰੇ ਜੋ ਟਰੱਕ ਆ ਰਿਹਾ ਸੀ ਪਿੱਛੋਂ ਮੈਡਮ ਦੋ ਆ ਰਹੀਆਂ ਸੀ ਐਕਟਿਵਾ 'ਤੇ, ਅਸੀਂ ਸਾਹਮਣੇ ਬੈਠੇ ਹਾਂ, ਦੇਖਿਆ ਕਿ ਉਹ ਟਰੱਕ ਤਾਂ ਸਾਰਾ ਨਿਕਲ ਚੁੱਕਾ ਸੀ, ਉਹ ਮੈਂ ਕਿਹਾ ਖੱਡੇ 'ਚ ਵੱਜਣ ਕਰਕੇ ਉਹਨਾਂ ਦਾ ਹੈਂਡਲ ਜਿਹੜਾ ਨਾਲ ਲੱਗਾ ਵਾ, ਇੱਕ ਮੈਡਮ ਜਿਹੜੇ ਇੱਧਰ ਨੂੰ ਡਿੱਗ ਪਏ, ਇੱਕ ਮੈਡਮ ਜਿੱਧਰ ਨੂੰ ਡਿੱਗੇ ਆ, ਉਹ ਮਤਲਬ ਟਰੱਕ ਦੀ ਜਿਹੜੀ ਸਾਈਡ, ਟਰੱਕ ਦੀ ਥੋੜ੍ਹੀ ਜਿਹੀ ਟਾਇਰ ਦੀ ਸਾਈਡ ਲੱਗੀ ਉਹਨਾਂ ਨੂੰ, ਇਹ ਭੱਜੇ ਗਏ ਮੌਕੇ 'ਤੇ ਮੌਕੇ 'ਤੇ। ਔਰ ਇਹ ਭੱਜੇ ਗਏ ਬਚਾਉਣ ਵਾਸਤੇ, ਪਰ ਉਹ ਲੰਘ ਗਿਆ। ਇਹ ਗਲਤੀ ਹੁਣ ਆਪਾਂ ਕਿਸੇ ਦੀ ਵੀ ਨਹੀਂ ਗਿਣ ਸਕਦੇ, ਜਿਹੜੇ ਚੀਜ਼ ਜਿਸ ਤਰ੍ਹਾਂ ਅਸੀਂ ਦੇਖਿਆ ਜੀ, ਅਸੀਂ ਤਾਂ ਇਹੀ ਕਹਿ ਸਕਦੇ ਹਾਂ। ਹਾਂਜੀ ਮੌਕੇ 'ਤੇ ਮੌਕੇ 'ਤੇ ਦੂਸਰੀ ਜਿਹੜੀ ਉਹ ਠੀਕ ਹੈ ਜੀ ਮੈਡਮ, ਹਾਂਜੀ ਠੀਕ ਆ। ਐਕਟਿਵਾ ਦਾ ਕੋਈ ਨੁਕਸਾਨ ਨਹੀਂ? ਐਕਟਿਵਾ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਜੀ, ਟਰੱਕ ਚਾਲਕ ਫੜਿਆ ਗਿਆ ਜੀ। ਸਰ ਮੇਰਾ ਨਾਮ ਵਿਦਰ ਬਬਲੂ, ਆਮ ਆਦਮੀ ਪਾਰਟੀ ਸਾਬਕਾ ਯੂਥ ਪ੍ਰਧਾਨ। ਸਰ ਜੋ ਪਤਾ ਲੱਗਾ ਇੱਥੇ ਐਕਸੀਡੈਂਟ ਆ, ਮੌਕੇ 'ਤੇ ਪਹੁੰਚੇ ਆਪਾਂ, ਲੇਕਿਨ ਜੋ ਵੇਖਿਆ ਕਿ ਇੱਕ ਮੌਕੇ ਡੈਥ ਹੋ ਗਈ ਅਤੇ ਇੱਕ ਸ਼ਾਇਦ ਲੇਡੀ ਦਾ ਬਚਾਅ ਹੋ ਗਿਆ ਵਾ, ਬਹੁਤ ਮਾੜੀ ਗੱਲ ਹੈ। ਜਿੰਨਾ ਘਰ ਦੇ ਜੀ ਗਏ ਉਹ ਆਪਾਂ ਭਰਪਾਈ ਤਾਂ ਨਹੀਂ ਕਰ ਸਕਦੇ, ਲੇਕਿਨ ਆਪਾਂ ਇਹ ਜਿਹੜੇ ਟੋਏ ਨਿਕਲੇ ਇੱਥੇ, ਠੀਕ ਹੈ ਨਾ, ਸਰਕਾਰਾਂ ਟੈਕਸ ਲੈਣ ਨੂੰ ਹੀ ਆ, ਮੈਂ ਇਹ ਸੜਕ ਬਣਾਉਣ ਨੂੰ ਕੌਣ ਆ? ਮੈਂ CP ਸਾਹਿਬ ਨੂੰ ਮਤਲਬ ਸਭ ਨੇ ਪਹਿਲਾਂ ਪਹਿਲ ਦੇ ਆਧਾਰ 'ਤੇ, ਇੱਕ MP 'ਤੇ, ਇੱਕ ਇੱਥੋਂ ਦੇ ਹਲਕਾ MLA 'ਤੇ, ਪਲੱਸ ਇੱਥੋਂ ਦੇ ਮੇਅਰ 'ਤੇ, ਪਲੱਸ ਜਿਹੜਾ ਇੱਥੋਂ ਕੌਂਸਲਰ ਆ ਉਹ 'ਤੇ ਭਾਂਦੇ ਪਰਚੇ ਦੀ ਕਾਰਵਾਈ ਮੰਗਦਾ ਮੈਂ। ਜੇ ਇਹਨਾਂ ਦੇ ਪਰਚਾ ਹੈਗਾ ਤਾਂ ਇਹ ਆਪਣੇ ਇਲਾਕੇ ਦੇ ਤਦ ਖਿਆਲ ਰੱਖ ਸਕਦੇ ਆ। ਬੰਦਾ ਪੁੱਛੇ ਇੱਥੋਂ MLA ਲੰਘ ਦੇਣੀ ਹੈ ਜਾਂ ਇੱਥੋਂ MP ਲੰਘਦੇ ਹੋ, ਇੱਥੋਂ ਕੌਂਸਲ ਲੰਘਦੇ, ਲੇਕਿਨ ਬਿਨ ਨਗਾ ਟੋਏ ਵੇਖਦੇ ਆ। ਲੇਕਿਨ ਟੋਏ ਕਾਹਦੇ ਵਾਸਤੇ ਆ? ਲੇਕਿਨ ਇਸ ਜਦੋਂ ਇਲੈਕਸ਼ਨ ਆਉਂਦੇ ਆ, ਵੇਖਿਓ ਸਾਰੀਆਂ ਸੜਕਾਂ, ਹੁਣੇ ਮੋਦੀ ਸਾਹਿਬ ਸਵੇਰੇ ਆਉਣ, ਵੇਖਿਓ ਸੜਕਾਂ ਐਂ ਸਾਫ਼ ਹੋਈਆਂ, ਲੋਕਾਂ ਨੂੰ ਪਤਾ ਲੱਗਿਆ ਟੋਇਆ ਕੋਈ ਹੈਗਾ ਸੀ। ਇਸ ਕਰਕੇ ਬਣਦੀ ਕਾਨੂੰਨੀ ਕਾਰਵਾਈ, ਮੈਂ ਕਹਿੰਦਾ ਕਿਸੇ ਟਰੱਕ ਵਾਲੇ ਕਰਨੀ, ਕਿਸੇ ਕਰਨੀ, ਪਹਿਲਾਂ ਬਣਦੀ ਕਾਰਵਾਈ ਤਾਂ ਨਾ ਕਰੋ ਜਿਨ੍ਹਾਂ ਨੂੰ ਵੇਟਾ ਵੋਟਾਂ ਦੇ ਕੇ ਆਪਾਂ ਆਪਣੇ ਸਿਰ 'ਤੇ ਪਾਇਆ ਵਾ, ਅਤੇ ਅੱਜ ਜੇ ਕੋਈ ਨੁਕਸਾਨ ਹੁੰਦਾ ਤਾਂ ਇੰਨਾ ਕਰਕੇ ਹੁੰਦਾ ਪਿਆ ਉਹ ਚੀਜ਼ ਦਾ? ਅਤੇ ਇਸ ਕਰਕੇ ਹੱਥ ਜੋੜ ਕੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵਾਂ, ਜਿਸ ਤਰ੍ਹਾਂ ਦੇ ਇੱਥੇ ਟੋਏ ਟੂਏ ਗਏ ਆਪਣੇ ਕੌਂਸਲ ਤੋਂ ਲੈ ਕੇ MLA ਤੱਕ ਦੱਸਿਆ ਕਰੋ, ਜੇ ਨਹੀਂ ਕਾਰਵਾਈ ਕਰਦੇ ਤੁਸੀਂ ਪੁਲਿਸ ਦੱਸ ਸਕਦੇ ਜੀ। ਸਰ ਐਕਸੀਡੈਂਟ ਕਿਹਦੇ ਨਾਲ ਹੋਇਆ ਅਤੇ ਲੇਡੀ ਕਿਹਦੇ ਨਾਲ ਸਵਾਰ ਸੀ? ਸਰ ਕਹਿੰਦੇ ਜੋ ਲੋਕਾਂ ਦੇ ਕਹਿਣ ਦੇ ਮੁਤਾਬਕ ਆ, ਲੇਡੀਜ਼ ਐਕਟਿਵਾ ਸੀ ਨਾਲ ਇੱਕ ਟਰੱਕ ਸੀ, ਉਹ ਕਿਤੇ ਇਨਬੈਲੈਂਸ ਹੋਇਆ ਵਾ, ਜਿਹਦੇ ਕਰਕੇ ਮਤਲਬ ਇਹ ਮਿਸਹੈਪਨਿੰਗ ਹੋ ਗਈ ਹੈ। ਲੇਡੀ ਦੀ ਡੈਥ ਹੋ ਗਈ ਸਰ ਮੌਕੇ 'ਤੇ? ਸਰ ਮੌਕੇ 'ਤੇ ਕਹਿ ਰਹੇ ਆ ਕਿ ਲੇਡੀਜ਼ ਡੈਥ ਹੋ ਗਈ ਹੈ, ਲੇਕਿਨ ਕਹਿ ਤਰ੍ਹਾਂ ਬਹੁਤ ਮਾੜੀ ਗੱਲ ਹੈ, ਤਰ੍ਹਾਂ ਉਹਨਾਂ ਨੂੰ ਚਾਹੀਦਾ ਸੀ, ਆ ਸੜਕਾਂ ਕਾਰਨ ਜੋ ਰਿਹਾ ਬਹੁਤ ਮਾੜੀ ਗੱਲ। ਤੁਹਾਨੂੰ ਸਰ ਲੱਗਦਾ ਨਹੀਂ ਕਿ ਉਹ ਜਿਹੜੀ ਸੜਕਾਂ ਟੁੱਟ ਗਈਆਂ ਇਹਦੇ ਕਰਕੇ ਸਾਰਾ ਜਿਹੜਾ ਵਾਕਿਆ ਵਾਪਰ ਰਿਹਾ ਵਾ? ਸਰ ਦੇਖੋ, ਇੱਕ ਤੁਸੀਂ ਕੌਂਸਲ ਦੇ ਬੂਹੇ ਗਾੜੀ ਵੇਖ ਲਓ, ਉੱਥੇ ਸੜਕ ਸਾਫ਼ ਹੁੰਦੀ ਜੇ, ਇਹਦੇ ਮੇਨ ਸ਼ੇਰ ਸ਼ਾਹ ਸੂਰੀ ਰੋਡ ਆ, GT ਰੋਡ ਆ, ਜਿਹਨੂੰ ਆਪਾਂ ਗ੍ਰੈਂਡ ਟੈਕ ਰੋਡ ਕਹਿੰਦੇ, ਇੱਥੇ 50 ਗੱਡੀਆਂ ਨਿਕਲਦੀਆਂ ਤਾਂ ਕੀ ਗੱਲ, ਇਹਨਾਂ ਨੂੰ ਪਤਾ ਲੱਗਦਾ ਪਿਆ? ਅਤੇ ਇਸ ਕਰਕੇ ਕੇਂਦਰ ਸਰਕਾਰ ਤੋਂ ਲੈ ਕੇ ਮੈਂ ਕੈਪਟਨ ਸਰਕਾਰ ਤੋਂ ਲੈ ਕੇ ਲੋਕਲ ਬੋਰਡ ਨੂੰ ਲੈ ਕੇ ਕਹਿੰਦਾ ਮੈਂ ਕਿ ਇੱਕ ਸ਼ੇਰ ਸ਼ਾਹ ਸੂਰੀ ਰੋਡ ਆ ਜਿੱਥੇ ਇੰਨੇ ਐਕਸੀਡੈਂਟ ਹੁੰਦੇ ਪਏ ਬਿਨਾਂ ਕਾਰਨ। ਆਪਾਂ ਨੂੰ ਤਲਾਹ ਮਿਲੀ ਸੀਗੀ ਅੱਜ ਕਿ ਖਾਲਸਾ ਕਾਲਜ ਪੋਗਰਨ ਲੱਗੇ ਇੱਕ ਐਕਸੀਡੈਂਟ ਹੋਇਆ, ਮੌਕੇ 'ਤੇ ਪੁੱਜੇ ਹਾਂ ਜਿੱਥੇ ਇੱਕ ਐਕਟਿਵਾ ਰੰਗ ਚਿੱਟਾ ਅਤੇ ਦੋ ਲੇਡੀ ਸਵਾਰ ਸੀਗੀਆਂ, ਸਿਆੜਾ ਸਾਈਡ ਤੋਂ ਆ ਰਹੀਆਂ ਸੀਗੀਆਂ, ਅਤੇ ਇਹਨਾਂ ਦਾ ਇੱਕ ਟਰੱਕ ਨਾਲ ਟਕਾਉਣ ਨਾਲ ਐਕਸੀਡੈਂਟ ਹੋਇਆ। ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਜਮ੍ਹਾਂ ਕਰਵਾ ਦਿੱਤੀ ਗਈ ਹੈ, ਅਤੇ ਕਾਨੂੰਨ ਮੁਤਾਬਕ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕਿ ਗਲਤੀ ਕਿਹਦੀ ਮੰਨੀ ਜਾ ਰਹੀ ਹੈ? ਦੌਰਾਨੇ ਤਬਦੀਲ ਜਿਹਦੀ ਵੀ ਗਲਤੀ ਹੈ ਉੱਥੇ ਜਿਹੜੀ ਵੀ ਕਾਰਵਾਈ ਬਣਦੀ ਹੈ ਆਪਾਂ ਕਰਾਂਗੇ। ਤਾਂ ਮਹਿਲਾ ਦੀ ਮੌਕੇ 'ਤੇ ਮੌਤ ਹੋ ਗਈ? ਮੌਕੇ 'ਤੇ ਮੌਤ ਹੋ ਗਈ। ਕਿੱਥੋਂ ਦੇ ਰਹਿਣ ਵਾਲੇ? ਆਜ਼ਾਦ ਰੋਡ ਸਿਆਟਾ। ਕੀ ਨਾਮ ਕੁੜੀ ਦਾ? ਕੰਮ ਕਰਦੀ ਲੜਕੀ? ਘਰੇਲੂ ਕੰਮ ਹੀ ਕਰਦੀ ਹੈ। ਕਿੰਨੀ ਉਮਰ ਹੋਈ? 46-47 ਸਾਲ। ਪਰਮਿੰਦਰ ਕੌਰ ਨਾਮ ਦਾ। ਅਤੇ ਜਿਹੜੀ ਨਾਲ ਸੀ ਉਹਦੇ, ਉਹ ਵੀ ਉਹਦੀ ਭੈਣ ਹੀ ਆ ਸਕੀ? ਉਹ ਠੀਕ ਆ? ਉਹ ਠੀਕ ਠਾਕ ਨੇ ਬਿਲਕੁਲ।